ਇਹ ਵੀਡੀਓ ਸੋਨਾਲੀਕਾ 2000 ਮਾਡਲ ਦੀ ਆ ਜੀ। ਅੱਜ ਤਰੀਕ ਹੈਗੀ ਆ 11/11/2020। ਐਸਟੀਮੇਟ ਇਸ ਟਰੈਕਟਰ ਨੂੰ 20 ਸਾਲ ਬੀਤ ਚੁੱਕੇ ਨੇ। ਇਹ ਇਹਨਾਂ ਦਾ ਵੀਰ ਹੋਣਾ ਦਾ ਪਿੰਡ ਆ ਜੀ ਸ਼ੇਰਗੜ੍ਹ, ਠੀਕ ਆ ਜੀ, ਨੇੜੇ ਮਾਛੀਗੜਾ ਸਾਹਿਬ ਦੇ। ਇਹ ਬੰਦਿਆਂ ਦੀ ਇਹਨਾਂ ਨੇ ਮੇਰੇ ਕੋਲ 5-6 ਚੱਕਰ ਮਾਰੇ, ਮੇਰੇ ਨਾਲ ਗੱਲਬਾਤ ਕੀਤੀ, ਕੁਆਲਿਟੀ ਦੇਖੀ, ਔਰ ਬਹੁਤ ਸੁਲਝਿਆ ਹੋਇਆ ਪਰਿਵਾਰ ਆ ਜਿਹੜਾ ਅੱਜ ਇਹ ਡਿਸੀਜਨ ਲੈ ਰਿਹਾ ਵੀ ਅਸੀਂ ਇਹ ਮਕੈਨੀਕਲ ਸਟੀਅਰਿੰਗ ਆ, ਡੈਸਕ ਬ੍ਰੇਕਾਂ ਮੈਂ ਇਹਨੂੰ, ਠੀਕ ਆ ਜੀ, ਡਰਾਈ, ਇਹ ਕਹਿੰਦੇ ਸਾਰਾ ਰੀਸਟੋਰ ਕਰ ਦੇ। ਚਲੋ ਅੱਜ ਇਹਨੂੰ ਖੋਲ੍ਹਣ ਦੀ ਜੋਬ ਕਰਦੇ ਹਾਂ, ਫਿਰ ਜਿੰਨੀ ਕੁ ਵੀਡੀਓ ਬਣੀ ਅਸੀਂ ਤੁਹਾਨੂੰ ਇਹਦੀ ਕਲਿੱਪ ਉਹ ਵੀ ਦਿਖਾਵਾਂਗੇ। ਪਹਿਲਾਂ ਖੋਲ੍ਹਦਿਆਂ ਦੇ, ਫਿਰ ਅਸੈਂਬਲ ਕਰਦਿਆਂ ਦੇ, ਫਿਰ ਪੇਂਟ ਕਰਦਿਆਂ ਦੇ, ਅਤੇ ਉਸ ਤੋਂ ਬਾਅਦ ਬਾਕੀ ਤੁਸੀਂ ਇਹਨੂੰ ਜਦੋਂ ਤਿਆਰ ਹੋ ਗਿਆ ਉਸ ਤੋਂ ਬਾਅਦ ਵੀ ਇਹ ਵੀ ਦਿਖਾਵਾਂਗੇ। ਬਾਕੀ ਗੁਰੂ ਮਹਾਰਾਜ ਸਾਰਿਆਂ 'ਤੇ ਭਲਾ ਕਰੇ, ਅਤੇ ਦੇਖੋ ਵੀਡੀਓ, ਉਸ ਤੋਂ ਬਾਅਦ ਫਿਰ ਤੁਹਾਨੂੰ ਇਹਨਾਂ ਦੇ ਕਸਟਮਰਾਂ ਦੇ ਵੀਰ ਹੋਣਾਂ ਦੇ ਨਾਲ ਰੂਬਰੂ ਕਰਾਵਾਂਗੇ, ਆਨੰਦ ਮਾਣੋ ਵੀਡੀਓ ਦਾ। Thank you.
ਵਧਾਈਆਂ ਜੀ, ਤੁਹਾਡਾ ਟਰੈਕਟਰ ਤਿਆਰ ਹੋ ਗਿਆ ਜੀ। ਸਭ ਤੋਂ ਵੱਧ ਤੁਹਾਨੂੰ ਜੀ, ਕਿਉਂਕਿ ਸਾਡੇ ਮਨ ਦੀ ਇੱਛਾ ਸੀ ਕਿ ਟਰੈਕਟਰ ਜਿਹੜਾ ਇਹ ਹੀ ਤਿਆਰ ਹੋਵੇ। ਅਸੀਂ ਨਵਾਂ ਵੀ ਲੈਂਦਾ ਇੱਕ, ਇਸ ਤੋਂ ਪਹਿਲਾਂ ਕਣਕ ਬੀਜ ਕੇ, ਹਾਂਜੀ, ਲੇਕਿਨ ਇਹਦੀ ਇੱਛਾ ਸੀ, ਸਾਡੇ ਬਜ਼ੁਰਗ ਨੇ ਚਾਹੁੰਦੇ ਸੀ ਕਿ ਇਹ ਟਰੈਕਟਰ ਸੇਮ ਸਾਡੇ ਕੋਲ ਤਿਆਰ ਹੋਵੇ। ਅਸੀਂ ਇਹਨੂੰ ਹੁਣ ਇਸ ਤਰੀਕੇ ਨਾਲ ਤਿਆਰ ਕਰਾ ਲਿਆ ਕਿ ਸ਼ਾਇਦ ਹੁਣ ਅੱਗੇ ਸਾਡੇ ਬਜ਼ੁਰਗ ਨੇ, ਸਾਡੀ ਵੀ ਇਹ ਉਮਰ ਹਟਾਏਗਾ, ਕਿਉਂਕਿ ਇਹਨੂੰ ਚਲਾਉਣਾ ਘੱਟ ਹੈ। ਜੋ ਸਾਡੀ ਇੱਛਾ ਸੀ ਉਹ ਮਲਵਾ ਵਰਕਸ਼ਾਪ ਨੇ ਪੂਰੀ ਕੀਤੀ ਹੈ। ਅਸੀਂ ਬਹੁਤ ਖੁਸ਼ ਹਾਂ ਇਹਦੇ ਕੰਮ ਤੋਂ। ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਲਈ, ਅਸੀਂ ਸਾਨੂੰ 2000 'ਚ ਨਵਾਂ ਲਿਆਂਦਾ ਸੀ ਜੀ ਵੀਰ ਜੀ, ਉਸ ਸਮੇਂ 'ਚ 285,000 ਦਾ ਲਿਆਂਦਾ ਸੀ ਜੀ ਜੀ, ਲੇਕਿਨ ਅਸੀਂ ਉਸ ਸਮੇਂ ਲੋਨ ਕਰਾ ਕੇ ਬੜਾ ਔਖਾ ਟਰੈਕਟਰ ਲਿਆ ਸੀ, ਠੀਕ ਆ ਜੀ, ਲੇਕਿਨ ਇਹਨੇ ਇੰਨਾ ਕੰਮ ਕੀਤਾ। ਅੱਜ ਦੀ ਤਰੀਕ 'ਚ ਸਾਡੇ ਕੋਲ 3 ਟਰੈਕਟਰ ਨੇ, ਕੰਬਾਈਨ ਆਪਣੀ ਹਰ ਚੀਜ਼ ਕਰਦੀ ਹੈ ਜੀ। ਅਸੀਂ ਇਸ ਟਰੈਕਟਰ ਦੇ 800,000 ਸਾਨੂੰ ਪਤਾ ਨਹੀਂ ਲੱਗਿਆ ਸੀ ਕਿਵੇਂ ਰਾਤ 'ਤੇ, ਤਾਂ ਸਾਡੇ ਵਾਸਤੇ ਕੁਛ ਵੀ ਨਹੀਂ ਹੈ ਜੀ ਉਸ 2.5 ਲੱਖ ਦੇ ਵਿੱਚ। ਮੈਂ ਤਾਂ ਅਸੀਂ ਉਹੀ ਚੀਜ਼ ਬਣਾ ਲਈ। ਸਭ ਤੋਂ ਵੱਧ ਧੰਨਵਾਦ ਤੁਹਾਡਾ ਜਿਹਨਾਂ ਨੇ ਤੁਸੀਂ ਤਿਆਰ ਕੀਤਾ, ਜਿੰਨੀ ਰੀਝ ਲਾਈ ਤੁਸੀਂ। ਸ਼ਾਇਦ ਜੋ ਅਸੀਂ ਨਵਾਂ ਲਿਆਂਦਾ ਉਹਨਾਂ ਦੇ ਮੁਕਾਬਲੇ ਇੰਨਾ ਕੰਮ ਨਹੀਂ ਕਰੇਗਾ ਜੋ ਇਹ ਚੀਜ਼ ਹੈ। ਤੁਹਾਡਾ ਵੀ ਬਹੁਤ ਬਹੁਤ ਵਿੱਚ ਧੰਨਵਾਦ। ਧੰਨਵਾਦ ਜੀ ਦੋਸਤੋ। ਮੈਂ ਇਹ ਟਰੈਕਟਰ ਸਾਨੂੰ ਬਜ਼ੁਰਗਾਂ ਨੇ 2000 ਵਿੱਚ ਨਵਾਂ ਲੈ ਕੇ ਦਿੱਤਾ ਸੀ, ਅਸੀਂ ਉਦੋਂ ਪੜ੍ਹਦੇ ਸੀ, ਅਤੇ ਅੱਜ ਅਸੀਂ ਸਾਡੀ ਮਨ ਦੀ ਇੱਛਾ ਸੀ ਅਸੀਂ ਆਪਣੇ ਬਜ਼ੁਰਗਾਂ ਨੂੰ ਸੇਮ ਟਰੈਕਟਰ ਨਵਾਂ ਲੈ ਕੇ ਦੇਣੇ। ਇਹ ਤੁਹਾਡੀ ਬਦੌਲਤ ਪੂਰਾ ਹੋਇਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਦੱਸਦਾ ਵਾਂ ਦੋਸਤਾਂ ਨੂੰ ਵੀ ਇਹ ਉਹਨਾਂ ਇਹਨਾਂ 2000 ਮਾਡਲ ਟਰੈਕਟਰ ਸੀਗਾ, ਅਤੇ ਇਹਨਾਂ ਦੀ ਤਮੰਨਾ ਸੀ ਜਦੋਂ ਵੀਰ ਜੀ ਦੋ ਤਿੰਨ ਵਾਰ ਮੇਰੇ ਕੋਲ ਆਏ, ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਕੰਮ ਦੀ ਕੁਆਲਿਟੀ ਦੇਖੀ, ਅਤੇ ਬਾਕੀ ਤੁਹਾਡੀ ਸਾਰਾ ਕੁਛ ਹੋ ਗਏ। ਅਤੇ ਮੈਨੂੰ ਇੱਕ ਮਾੜਾ ਜਿਹਾ ਦੱਸ ਦਿਓ, ਤੁਹਾਡਾ ਪਿੰਡ ਕਿਹੜਾ ਵੀਰ ਜੀ, ਕਿੱਥੇ ਕਿਹੜਾ ਪਿੰਡ, ਜ਼ਿਲ੍ਹਾ ਕਿਹੜਾ ਤੁਹਾਡਾ? ਸਾਡਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮਾਛੀਵਾੜਾ ਸਾਹਿਬ ਦੇ ਕੋਲ ਪਿੰਡ ਪੈਂਦਾ, ਕੱਚਾ ਮਾਛੀਵਾੜਾ ਜੀ। ਕੱਚਾ ਮਾਛੀਵਾੜਾ ਉੱਥੋਂ ਅਸੀਂ ਆਏ ਉਸ ਪਿੰਡ ਨੂੰ ਬਿਲੋਂਗ ਕਰਦੇ ਹਾਂ, ਠੀਕ ਆ ਜੀ। ਉੱਥੋਂ ਅਸੀਂ ਤਿਆਰ, ਅਸੀਂ ਯੂਟਿਊਬ 'ਤੇ ਵੀਡੀਓ ਦੇਖੀਆਂ ਸੀ, ਕੰਮ ਦੇਖਿਆ ਸੀ ਜੀ, ਕਈ ਵੀਡੀਓ ਦੇਖੀਆਂ ਹੋਈ ਬਹੁਤ ਜੋ ਟਰੈਕਟਰ ਤਿਆਰ ਕਰਦੇ ਨੇ ਜੀ ਵੀਰ, ਲੇਕਿਨ ਜੋ ਅਸੀਂ ਚੀਜ਼ਾਂ ਦੇਖੀਆਂ ਟਰੈਕਟਰ ਤਿਆਰ ਹੋਏ ਵੀ ਆ ਕੇ ਦੇਖ ਕੇ ਗਏ ਸੀ ਪਹਿਲਾਂ ਜੀ ਵੀਰ, ਕੁਆਲਿਟੀ ਇਹਦੇ ਵਿੱਚ ਲੱਗੀ, ਸ਼ਾਇਦ ਅਸੀਂ ਉਸ ਟਰੈਕਟਰ ਦੇ ਕੋਲ ਖੜਾਈਏ ਜੋ ਨਵਾਂ ਲੈ ਕੇ ਆਏ ਹਾਂ ਜੀ ਵੀਰ ਜੀ। ਇਹਨੂੰ ਨਵਾਂ ਕਹਿਣਗੇ, ਉਹਨੂੰ ਪਿੰਡ ਹੋਇਆ ਕਹਿਣਗੇ, ਇੰਨਾ ਕੁਆਲਿਟੀ ਦਾ ਜੋਬ ਦੇ ਵਿੱਚ ਇਹ ਨਾ ਵਰਤਿਆ। ਅਸੀਂ ਪਾਵਰ ਸਟੇਨਿੰਗ ਕਰਾਇਆ, ਬ੍ਰੇਕਾਂ ਤੇਲ 'ਚ ਕਰਾਈਆਂ ਨੇ, ਜੋ ਸਾਡੀ ਤਮੰਨਾ ਸੀ ਉਹ ਸਭ ਪੂਰੀ ਹੋਈ। ਚਲੋ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ, ਅਤੇ ਇਹਦੀ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦੇਵਾਂਗੇ। ਅਤੇ ਤੁਹਾਡਾ ਨਾਂ ਕੀ ਆ ਵੀਰ ਜੀ, ਮਾੜਾ ਜਿਹਾ ਨਾਂ ਦੱਸ ਦਿਓ ਤੁਹਾਡਾ ਜੀ। ਮੇਰਾ ਨਾਮ ਕੁਲਦੀਪ ਸਿੰਘ ਹੈ। ਕੁਲਦੀਪ ਸਿੰਘ ਜੀ, ਅਤੇ ਸਿੱਧੂ ਗੋਤਾ? ਸਿੱਧੂ ਗੋਤਾ, ਠੀਕ ਆ ਜੀ। ਚਲੋ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਤੁਹਾਡਾ ਵੀ ਵੀਰ ਜੀ ਨਾਲ ਆਇਓ, ਧੰਨਵਾਦ ਜੀ, ਠੀਕ ਆ ਜੀ। ਠੀਕ ਹੈ, ਬਹੁਤ ਸ਼ੌਕ ਰੱਖਦਾ ਸਵੇਰ ਦਾ, ਜਦੋਂ ਦਾ ਆਇਆ ਤੁਸੀਂ ਤਾਂ ਅੰਦਰ ਬੈਠ ਗਏ ਸੀ, ਉਹ ਤਾਂ ਇੱਕ ਮਿੰਟ ਵੀ ਨਹੀਂ ਬੈਠਾ ਜੀ। ਅੱਛਾ, ਮੈਂ ਠੀਕ ਆ ਜੀ, ਤੀਸਰੀ ਹਾਂਜੀ ਵੀਰ ਜੀ, ਠੀਕ ਆ ਜੀ, ਚੱਲ ਵੀ ਪੁੱਤਰਾ ਫਿਰ ਮਾਰਸਲ ਕਰਕੇ ਨੇ ਆਰਡਰ।